2014 ਵਿੱਚ ਇਰਾਕ ਵਿੱਚ ਅਗਵਾ ਹੋਏ 39 ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਅਗਵਾ ਹੋਏ ਇਨ੍ਹਾਂ ਨੌਜਵਾਨਾਂ ਦੇ ਜ਼ਿੰਦਾ ਹੋਣ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਗਵਾ ਹੋਏ 40 ਨੌਜਵਾਨਾਂ ਵਿੱਚੋਂ ਬਚ ਕੇ ਆਏ ਹਰਜੀਤ ਮਸੀਹ ਨਾਮਕ ਨੌਜਵਾਨ ਨੇ ਬਾਕੀ ਦੇ 39 ਨੌਜਵਾਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ, ਪਰ ਪੀੜਿਤ ਪਰਿਵਾਰਾਂ ਨੂੰ ਉਸ ਦੀ ਬਜਾਏ ਵਿਦੇਸ਼ ਮੰਤਰੀ ਦੇ ਕਹੇ ਬੋਲਾਂ ਤੇ ਵਧੇਰੇ ਭਰੋਸਾ ਹੈ, ਜਿਸ ਦੇ ਚੱਲਦੇ ਪਿੰਡ ਤਲਵੰਡੀ ਝੋਰਾਂ ਦੇ ਅਗਵਾ ਹੋਏ ਧਰਮਿੰਦਰ ਨਾਮਕ ਇੱਕ ਨੌਜਵਾਨ ਦੇ ਘਰ ਵਿੱਚ ਵਿਦੇਸ਼ ਮੰਤਰੀ ਦੇ ਇਸ ਐਲਾਨ ਤੇ ਦਾਵਤ ਵਰਗਾ ਮਾਹੌਲ ਬਣਿਆ ਹੋਇਆ ਹੈ। ਇੱਕ ਮੁੰਡਾ ਆਇਆ ਹਰਜੀਤ ਮਸੀਹ ਤੇ ਉਹਨਾਂ ਆਣ ਕੇ ਇੱਧਰ ਝੂਠੀਆਂ ਹੀ ਖਵਾਵਾਂ ਡਾ ਦਿੱਤੀਆਂ ਨੇ ਵੀ ਉਹ ਮੁੰਡੇ ਹੈ ਨਹੀਂ ਗਏ, ਮਾਰੇ ਗਏ ਨੇ, ਤੇ ਅਸੀਂ ਤੇ ਬੜਾ ਮਨ 'ਚ ਦੁਖੀ ਹਾਂ। ਤੇ ਪਰ ਉਹ ਸੋਚੀਦਾ ਵੀ ਸੀ ਵੀ ਜੇ ਇਹ ਬਚ ਕੇ ਆ ਗਿਆ ਸੀ ਤੇ ਉਹ ਵੀ ਬਚ ਕੇ ਆ ਸਕਦਾ ਸੀ, ਤੇ ਸਾਨੂੰ ਤੇ ਆਸ ਅਸੀਂ ਤੇ ਉਦੋਂ ਦੀ ਰੱਖੀ ਦੀ ਹੈ। ਅਸੀਂ ਵਿਦੇਸ਼ ਮੰਤਰੀ ਕੋਲ ਵੀ 8-9 ਵਾਰੀ ਗਏ ਹਾਂ, ਉਹਨੂੰ ਉਹਦੇ ਅੱਗੇ ਬੇਨਤੀਆਂ ਕਰਦੇ ਹਾਂ, ਤੇ ਉਹਨੇ ਇਹੋ ਗੱਲ ਕਹੀ ਸੀ ਕੋਈ ਨਹੀਂ ਮੈਂ ਬੱਚਿਆਂ ਦਾ ਪਤਾ ਕਰਾਂਗੀ। ਫਿਰ ਹੁਣ ਅਸੀਂ ਮਹੀਨਾ ਹੋ ਗਿਆ ਸਾਨੂੰ ਪਿਛਲੀ 8 ਤਰੀਕ ਨੂੰ ਗਏ ਹਾਂ, ਉਹਨੇ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਤੇ ਪੂਰੀ ਤਿਆਰੀ ਕਰਨ ਡਈ ਦੀ ਆ ਉਹਨਾਂ ਨੂੰ ਲਿਆਉਣ ਵਾਸਤੇ, ਫਿਕਰ ਨਾ ਤੁਸੀਂ ਕਰੋ। ਤੇ ਹੁਣ ਸਾਨੂੰ ਖੁਸ਼ਖਬਰੀ ਇਹ ਹੋਈ ਹੈ ਮਤਲਬ ਸਰਕਾਰ ਵੱਲੋਂ ਵੀ ਉੱਧਰ ਸੈਨਾ ਨੇ ਕਬਜ਼ਾ ਕਰ ਲਿਆ ਉੱਥੇ ਇਰਾਕ 'ਚ, ਅਤੇ ਮਤਲਬ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਸਾਡੀ ਮੰਤਰੀ ਸੁਣੇਗੀ ਅਤੇ ਸਾਡੇ ਬੱਚਿਆਂ ਨੂੰ ਲਿਆਵੇਗੀ। ਸਾਨੂੰ ਪਤਾ ਲੱਗਾ ਵੀ ਸਾਡਾ ਭਰਾ ਸਹੀ ਸਲਾਮਤ ਹੈਗਾ, ਵੀ ਉਹਨਾਂ ਦੀ ਆਉਣ 'ਚ ਅਸੀਂ ਤਿਆਰੀ ਰੱਖੀ ਹੈ। ਵਿਦੇਸ਼ ਮੰਤਰੀ ਨੂੰ ਇਹੋ ਚੁੱਕ ਸਾਡੀ ਉਰਕਾਸ ਆ ਅਤੇ ਉਹਨੂੰ ਛੇਤੀ ਤੋਂ ਛੇਤੀ ਛਡਾਇਆ ਜਾਵੇ। ਉਹਨਾਂ ਦੀ ਅਸੀਂ ਬੜੀ ਖੁਸ਼ੀ ਮਹਿਸੂਸ ਕਰਨ ਡਿਆ ਕਿ ਸਾਡਾ ਭਰਾ ਵੀ ਘਰ ਆਵੇ। ਮੇਰੇ ਦੋ ਭਰਾ ਹੈ, ਧਰਮਿੰਦਰ ਕੁਮਾਰ ਸੋਟਾ ਮੇਰੇ ਤੋਂ ਵੱਡਾ ਵਾ, 4 ਸਾਲ ਹੋ ਗਏ, ਨਾ ਮੈਂ ਰੱਖੜੀ ਉਹਨੂੰ ਬੰਨੀ ਨਾ ਮੈਂ ਭੇਜ ਸਕੀ। ਹੁਣ ਅਗਲੇ ਮਹੀਨੇ ਰੱਖੜੀ ਆਉਣ ਵਾਲੀ, ਮੇਰੇ ਇਹੋ ਅਰਦਾਸ ਸੁਸ਼ਮਾ ਸਵਰਾਜ ਗਾੜੀ ਕਿ ਮੇਰੇ ਭਰਾ ਰੱਖੜੀ ਤੋਂ ਪਹਿਲਾਂ ਘਰ ਵਾਪਸ ਆਉਣਾ ਚਾਹੀਦਾ, ਮੈਂ ਅਗਲੇ ਵਾਰ ਰੱਖੜੀ ਬੰਨ ਸਕਾਂ। ਉਹਨੂੰ ਇਹੋ ਬੇਨਤੀ ਆ ਕਿ ਸਰਕਾਰ ਸਾਨੂੰ ਵਧੀਆ ਤੋਹਫ਼ਾ ਦੇਵੇ ਇਸ ਵਾਰ ਰੱਖੜੀ 'ਤੇ। ਘਰ ਦੇ ਵਿੱਚ ਤਿਆਰੀਆਂ ਚੱਲ ਰਹੀ ਆ, ਸਾਫ਼ ਸਫਾਈ ਕਰ ਰਹੇ ਹਾਂ ਕਿ ਮੇਰਾ ਭਰਾ ਆਉਣ ਵਾਲਾ ਹੈ ਰੱਖੜੀ ਬੰਨਣ ਦੀ ਤਿਆਰੀ 'ਚ। ਇਹੋ ਸਰਕਾਰ ਗਾੜੀ ਬੇਨਤੀ ਕਿ ਛੇਤੀ ਤੋਂ ਛੇਤੀ ਮੇਰਾ ਭਰਾ ਘਰ ਆਉਣਾ ਚਾਹੀਦਾ। ਉੱਧਰ ਬਾਕੀ ਨੌਜਵਾਨਾਂ ਦੇ ਮਾਰੇ ਜਾਣ ਦਾ ਦਾਅਵਾ ਕਰਨ ਵਾਲਾ ਹਰਜੀਤ ਮਸੀਹ ਹੁਣ ਰੂਹ ਪੋਸ਼ ਹੁੰਦਾ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988-6645-47 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@khabarharpalindia.com।